ਜੀ ਵਿਦੇਸ਼ ਦੀ ertidite ਦਿਨਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਜਿਸ ਦੀ 12 ਨੰਬਰ ਪੌੜੀ ਨਾਲ ਆਇਆ ਹੋਇਆ ਦੂਸਰਾ ਸ਼ਲੋਕ ਜੋ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੈ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ ਸਤਿਗੁਰੂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਪੁਰਾਤਨ ਸਮੇਂ ਦੇ ਅੰਦਰ ਜਦੋਂ ਵਰਣਮੰਡ ਦੀ ਗੱਲ ਕੀਤੀ ਗਈ ਤਾਂ ਉਸ ਵਰਣਮੰਡ ਦੇ ਵਿੱਚ ਉਹਨਾਂ ਵਰਨਾ ਦੇ ਕੰਮ ਵੀ ਵੰਡੇ ਗਏ ਜਿਦੇ ਵਿੱਚ ਇੱਥੇ ਮਹਾਰਾਜ ਨੇ ਯੋਗ ਤੋਂ ਬਾਤ ਸ਼ੁਰੂ ਕੀਤੀ ਹੈ ਉਹਦੇ ਨਾਲ ਨਾਲ ਬ੍ਰਾਹਮਣ ਖੱਤਰੀ ਸੂਦਰ ਤੇ ਵੈਸ਼ ਇਹ ਚਾਰ ਵਰਣ ਜਿਹੜੇ ਮੰਨੇ ਗਏ ਜੋਗ ਕਿਉਂਕਿ ਇੱਕ ਵੱਖਰਾ ਮਤ ਮੰਨਿਆ ਗਿਆ ਉਹਦੀ ਵੀ ਨਾਲ ਮਹਾਰਾਜ ਨੇ ਪੰਜਵਾਂ ਉਹਦੀ ਬਾਤ ਕੀਤੀ ਤਾਂ ਜਿਹੜੇ ਚਾਰ ਵਰਨਾ ਦੀ ਜਦੋਂ ਬਾਤ ਆਉਂਦੀ ਸੀ ਤਾਂ ਉਹਨਾਂ ਚਾਰ ਵਰਨਾ ਦੇ ਕੰਮਾਂ ਨੂੰ ਵੀ ਤਕਸੀਮ ਕੀਤਾ ਗਿਆ ਔਰ ਦੱਸਿਆ ਗਿਆ ਵੀ ਕਿਹੜਾ ਵਰਣ ਜਿਹੜਾ ਉਹ ਕਿਹੜਾ ਕੰਮ ਕਰੇਗਾ ਔਰੇ ਚੀਜ਼ ਇਸ ਤਰ੍ਹਾਂ ਦੀ ਪੱਕੀ ਕਰ ਦਿੱਤੀ ਗਈ ਸੀ ਕਿ ਜੇ ਕੋਈ ਸ਼ੂਦਰ ਦਾ ਪੁੱਤ ਹੈ ਤੇ ਜੇ ਉਹ ਮੋਚੀ ਹੈ ਤੇ ਉਹਦੇ ਪੁੱਤਰ ਵੀ ਅੱਗੋਂ ਮੋਚੀ ਬਣੇਗਾ ਔਰ ਕੋਈ ਕੰਮ ਨਹੀਂ ਕਰ ਸਕਦਾ ਇਹ ਪਾਬੰਦੀ ਲਗਾਈ ਗਈ ਸੀ ਜੇ ਉਹਦਾ ਪਿਤਾ ਲੋਕਾਂ ਦਾ ਮਲਮੁੱਤਰ ਗੰਦਗੀ ਸੁੱਟਦਾ ਰਿਹਾ ਤੇ ਉਹਦੇ ਪੁੱਤ ਨੂੰ ਵੀ ਇਹੋ ਕੰਮ ਹੀ ਕਰਨਾ ਪੈਣਾ ਭਾਵੇਂ ਕਿੰਨਾ ਵੀ ਲਾਇਕ ਕਿਉ ਨਾ ਹੋਵੇ ਇਹ ਉਹ ਵਰਣਮੰਡ ਵਾਲਿਆਂ ਦੀ ਵਿਚਾਰ ਉਹਨਾਂ ਗ੍ਰੰਥਾਂ ਦੇ ਅੰਦਰ ਜੋ ਲਿਖੀ ਗਈ ਵੀ ਇਹੋ ਹੀ ਕੰਮ ਕਰਨਾ ਲੇਕਿਨ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਸਤਿਗੁਰੂ ਕਹਿੰਦੇ ਆ ਕਿ ਜਾਤੀ ਅਨੁਸਾਰ ਵਰਣ ਅਨੁਸਾਰ ਧਰਮ ਅਨੁਸਾਰ ਕਿਸੇ ਨੂੰ ਇਹ ਨਹੀਂ ਹੈ ਕਿ ਉਹਦਾ ਪਿਤਾ ਜਿਹੜਾ ਹੈ ਕੰਮ ਕਰਦਾ ਸੀ ਤਾਂ ਉਹਦਾ ਤੀ ਪੁੱਤ ਵੀ ਇਹੋ ਹੀ ਕਰੇ ਹੋਰ ਨਹੀਂ ਕੁਝ ਕਰ ਸਕਦਾ ਜਿਵੇਂ ਆਮ ਕਰਕੇ ਆਪਾਂ ਪੁਰਾਣਾ ਸੁਣਦੇ ਆ ਰਹੇ ਹਾਂ ਹੁਣ ਇੱਕ ਕਲਵਿਆ ਜਿਨੇ ਤੀਰ ਅੰਦਾਜ਼ੀ ਜਦੋਂ ਸਿੱਖੀ ਹੈ ਤਾਂ ਉਹ ਨਿਸ਼ਾਨਾ ਐਡਾ ਵਧੀਆ ਲਾਉਣ ਲੱਗ ਪਿਆ ਐਡਾ ਅੱਛਾ ਨਿਸ਼ਾਨਾ ਲਾਉਣ ਲੱਗ ਪਿਆ ਲੇਕਿਨ ਉਹ ਛਤਰੀਆਂ ਵਿੱਚੋਂ ਨਹੀਂ ਸੀ ਉਹ ਕਿਸੇ ਰਾਜੇ ਦਾ ਪੁੱਤਰ ਨਹੀਂ ਸੀ ਹੁਣ ਜਦੋਂ ਉਹਦਾ ਨਿਸ਼ਾਨੇ ਦੀ ਸਾਰੇ ਪਾਸੇ ਚਰਚਾ ਹੋਣ ਲੱਗੀ ਤਾਂ ਉਥੇ ਜੋ ਅਰਜਨ ਹੈ ਜੀ ਦੀ ਗੱਲ ਕੀਤੀ ਗਈ ਵੀ ਇਹ ਤੀਰ ਅੰਦਾਜ਼ ਹੈ ਉਹ ਕਹਿੰਦੇ ਵੀ ਇਹ ਤਾਂ ਫਿਰ ਇਹਦੇ ਤੋਂ ਵੀ ਅੱਗੇ ਨਿਕਲ ਜਾਏਗਾ ਵੀ ਇਹ ਤਾਂ ਇਹ ਕਲਵਿਆ ਦੇ ਮੁਕਾਬਲ ਤਾਂ ਤਾਂ ਅਰਜਨ ਵੀ ਨਹੀਂ ਹੈ ਤਾਂ ਹੁਣ ਕੀਤਾ ਕੀ ਜਾਏ ਤਾਂ ਉੱਥੇ ਦਰਉਣਾਚਾਰੀਆ ਭਾਵੇਂ ਇਤਨਾ ਵੱਡਾ ਗੁਰੂ ਹੈ ਉਹਨੇ ਇਹ ਕਲਵਿਆ ਤੋਂ ਗੁਰੂ ਦਕਸ਼ਣਾ ਦੇ ਵਿੱਚ ਉਹਦਾ ਅੰਗੂਠਾ ਹੀ ਮੰਗ ਲਿਆ ਵੀ ਅੰਗੂਠਾ ਦੇ ਦੇ ਮੈਨੂੰ ਹੁਣ ਜਦੋਂ ਅੰਗੂਠਾ ਮੰਗਿਆ ਤੇ ਅੱਗੋਂ ਉਹਦਾ ਧਰਮ ਵੇਖੋ ਨੇ ਇੱਕ ਸ਼ਿਸ਼ ਦਾ ਇੱਕ ਵਿਦਿਆਰਥੀ ਦਾ ਧਰਮ ਨਿਭਾਇਆ ਤੇ ਆਪਣੇ ਗੁਰੂ ਪ੍ਰਤੀ ਇਹੋ ਜੀ ਸ਼ਰਧਾ ਰੱਖੀ ਅੰਗੂਠਾ ਵੱਢ ਕੇ ਦੇ ਦਿੱਤਾ ਉਹਨੂੰ ਪਤਾ ਸੀ ਅੰਗੂਠੇ ਨਾਲ ਤੀਰ ਚਲਾਉਣਾ ਅੰਗੂਠਾ ਨਹੀਂ ਹੋਏਗਾ ਚਲਾ ਨਹੀਂ ਪਾਏਗਾ ਤੋਂ ਇਸ ਤਰ੍ਹਾਂ ਨਾਲ ਲੋਕਾਂ ਨੂੰ ਦਬਾ ਕੇ ਐਸਾ ਕੁਝ ਕਰਨ ਦਾ ਯਤਨ ਕੀਤਾ ਜਾਂਦਾ ਸੀ ਕੋਈ ਸ਼ੂਦਰ ਭਗਤੀ ਨਹੀਂ ਕਰ ਸਕਦਾ ਕੋਈ ਧਾਰਮਿਕ ਗ੍ਰੰਥ ਪੜ੍ਹ ਨਹੀਂ ਸਕਦਾ ਸੁਣ ਨਹੀਂ ਸਕਦਾ ਇਹ ਪਾਬੰਦੀ क्षत्रिय ਉਹਦਾ ਕੰਮ ਲੜਨਾ ਹੈ। ਬ੍ਰਾਹਮਣ ਦੇ ਸਾਹਮਣੇ ਕਿਸੇ ਦੀ ਧੀ ਦੀ ਇੱਜ਼ਤ ਲੁੱਟ ਲਈ ਜਾਏ, ਕਿਸੇ ਨਾਲ ਕੁਝ ਧੱਕਾ ਹੋ ਜਾਏ ਉਹ ਆਂਦਾ ਨਹੀਂ ਮੇਰਾ ਕੰਮ ਨਹੀਂ ਹੈ ਲੜਨਾ। ਮੇਰੇ ਭਾਵੇਂ ਕੁਝ ਹੋਈ ਜਾਏ ਮੇਰੇ ਤੋਂ ਤਾਂ ਬਸ ਮੰਤਰ ਸੁਣ ਲਓ ਜਾਂ ਮੈਂ ਸੁਣਾ ਦਿਆਂਗਾ ਗਿਆਨ ਲੈ ਲਓ। ਮੇਰੇ ਸਾਹਮਣੇ ਕੀ ਕੁਝ ਕੋਈ ਕਰ ਰਿਹਾ ਲੜਨਾ ਮੇਰਾ ਕੰਮ ਨਹੀਂ ਹੈ। ਤੇ ਵੈਸ਼ ਦਾ ਉਹ ਆਂਦਾ ਮੇਰਾ ਕੰਮ ਕੇਵਲ ਵਪਾਰ ਕਰਨਾ ਹੈ, ਅਨ ਧਨ ਪੈਦਾ ਕਰਨਾ ਹੈ। ਮੈਨੂੰ ਧਰਮ ਨਾਲ ਵੀ ਕੋਈ ਮਤਲਬ ਨਹੀਂ ਵੇਦਾਂ ਚ ਕੀ ਲਿਖਿਆ ਮੰਤਰਾਂ ਚ ਕੀ ਲਿਖਿਆ ਰੱਬ ਕੀ ਹੈ ਨਾ ਮੈਨੂੰ ਲੜਨ ਨਾਲ ਮਤਲਬ ਹੈ ਕੋਈ ਦੇਸ਼ ਤੇ ਚੜ੍ਹਾਈ ਕਰ ਰਿਹਾ ਮੈਨੂੰ ਕੋਈ ਮਤਲਬ ਨਹੀਂ ਛਤਰੀ ਦਾ ਕੰਮ ਹੈ ਜਾ ਕੇ ਲੜੇ ਮੈਂ ਥੋੜੀ ਲੜਨਾ ਇਸੇ ਤਰ੍ਹਾਂ ਹੀ ਸ਼ੂਦਰ ਉਹ ਕਹਿੰਦਾ ਸੀ ਮੇਰਾ ਕੰਮ ਤਾਂ ਗੰਦਗੀ ਢੋਣੀ ਹੈ ਮੈਨੂੰ ਕੀ ਲੱਗੇ ਲੇਕਿਨ ਮਾਲਕ ਨੇ ਬੜੀ ਵੱਡੀ ਕਿਰਪਾ ਕੀਤੀ ਸਭ ਨਾਲੋਂ ਪਹਿਲਾਂ ਤਾਂ ਸਤਿਗੁਰੂ ਦਾਤੇ ਨੇ ਬਖਸ਼ਿਸ਼ ਕੀਤੀ ਕਿ ਸਿੱਖ ਦੇ ਅੰਦਰ ਚਾਰੇ ਚੀਜ਼ਾਂ ਪੈਦਾ ਕੀਤੀਆਂ ਮਾਰਜ ਕੇਂਦਰ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਮਾਲਕ ਦੀ ਬਾਣੀ ਪੜਦਾ ਗੁਰੂ ਗੁਰੂ ਜਪਦਾ ਹੈ ਗੁਰੂ ਦੇ ਸ਼ਬਦ ਨਾਲ ਜੁੜਦਾ ਵਿਦਿਆ ਪੜਦਾ ਹੈ ਤੈਂ ਬ੍ਰਾਹਮਣ ਹੈ ਜੇ ਕਿਤੇ ਸਮਾਂ ਪੈਂਦਾ ਹੈ ਤੇ ਉਹੀ ਬੰਦਾ ਜਿਹੜਾ ਸਵੇਰੇ ਪੋਥੀ ਸਾਹਿਬ ਲੈ ਕੇ ਗੁਟਕਾ ਸਾਹਿਬ ਲੈ ਕੇ ਬਾਣੀ ਪੜ ਰਿਆ ਜਦੋਂ ਉਹਨੂੰ ਲੱਗਦਾ ਕਿਸੇ ਉੱਤੇ ਧਾਵਾ ਬੋਲਿਆ ਜਾ ਰਿਹਾ ਕਿਸੇ ਧੀ ਪੈਣ ਦੀ ਤਸਮਤ ਲੁੱਟੀ ਜਾ ਰਹੀ ਤਾਂ ਉਹ ਖੱਤਰੀ ਬਣ ਕੇ ਹੱਥ ਵਿੱਚ ਤਲਵਾਰ ਲੈ ਕੇ ਖੜਾ ਹੋ ਜਾਂਦਾ ਹੈ ਔਰ ਕਿਤੇ ਉਹ ਹਲਵਾਉਂਦਾ ਹੈ ਦੁਕਾਨਦਾਰੀ ਕਰਦਾ ਤਾਂ ਵੈਸ਼ ਵਾਲੇ ਕੰਮ ਕਰ ਰਿਹਾ ਜਿੰਨੂੰ ਸਭ ਨਾਲੋਂ ਨੀਵਾਂ ਕੰਮ ਸਮਝਿਆ ਜਾਂਦਾ ਸੀ ਕਿ ਛੂਦਰ ਗੰਦਗੀ ਚੁੱਕਣੀ ਗਿਲਾਨੀ ਦਾ ਕੰਮ ਸਤਗੁਰੂ ਦਾਤੇ ਨੇ ਉਹਨੂੰ ਸੇਵਾ ਦਾ ਨਾਮ ਦਿੱਤਾ ਕਿ ਭਾਂਡੇ ਮਾਂਜਣੇ ਜੋੜੇ ਝਾੜਨੇ ਝਾੜੂ ਫੇਰਨਾ ਇਹ ਜਿੰਨਾ ਕੁਝ ਹੈ ਇਹ ਤਾਂ ਭਾਈ ਭਾਗਾ ਵਾਲਿਆਂ ਨੂੰ ਸੇਵਾ ਮਿਲਦੀ ਇਸੇ ਕਰਕੇ ਅੱਜ ਜਿੰਨੂੰ ਛੂਦਰ ਕਰਮ ਆਖਿਆ ਜਾਂਦਾ ਸੀ ਉਹਨੂੰ ਸੇਵਾ ਦਾ ਨਾਮ ਦੇ ਕੇ ਮਹਾਰਾਜ ਨੇ ਗੁਰੂ ਘਰ ਵਿੱਚ ਇੰਨਾ ਉੱਚਾ ਕਰ ਦਿੱਤਾ ਕਿ ਅੱਜ ਗੁਰਦੁਆਰਾ ਸਾਹਿਬ ਕੋਈ ਝਾੜੂ ਫੇਰ ਰਿਹਾ ਹੋਵੇ ਤੇ ਆਪਾਂ ਉਹਨੂੰ ਗਿਲਾਨੀ ਦੀ ਨਜ਼ਰ ਨਾਲ ਨਹੀਂ ਵੇਖਦੇ ਇੱਜ਼ਤ ਨਾਲ ਵੇਖਦੇ ਆਂ ਵੀ ਭਾਗਾਾਂ ਵਾਲਾ ਜੀ ਸੇਵਾ ਕਰ ਰਿਹਾ ਹੈ ਬੜਾ ਕਰਮਾਂ ਵਾਲਾ ਉਹਦੇ ਪੈਰਾਂ 'ਚੋਂ ਦਿਲ ਕਰਦਾ ਕੋਈ ਭਾਂਡੇ ਮਾਂਜ ਰਿਹਾ ਹੋਵੇ ਸਾਡੀ ਉਹਦੇ ਵੱਲ ਵੇਖ ਕੇ ਸ਼ਰਧਾ ਪੈਦਾ ਹੁੰਦੀ ਸਕੋ ਕੋਈ ਉੱਥੇ ਜੋੜੇ ਪਾਲਿਸ਼ ਕਰ ਰਿਹਾ ਹੋਵੇ ਜੋੜੇ ਘਰ ਵਿੱਚ ਸੇਵਾ ਮੰਗ ਮੰਗ ਕੇ ਬੰਦਾ ਲੈ ਰਿਹਾ ਹੈ ਕਿਉਂ ਕਿ ਕਿ ਮਹਾਰਾਜ ਨੇ ਸੇਵਾ ਨੂੰ ਇੰਨਾ ਉੱਚਾ ਚੁੱਕ ਦਿੱਤਾ ਜਿਹਨੂੰ ਵਰਣਵੰਡ ਵਾਲੇ ਕਹਿੰਦੇ ਸਨ ਕਿ ਸਭ ਨਾਲੋਂ ਨੀਵਾਂ ਕੰਮ ਹੈ। ਅੱਜ ਉਸੇ ਸੇਵਾ ਨੂੰ ਕਰਕੇ ਬੰਦਾ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ। ਇਹ ਮਾਲਕ ਨੇ ਐਸੀ ਬਖਸ਼ਿਸ਼ ਕੀਤੀ ਹੈ। ਤਾਂ ਕਰਕੇ ਇੱਥੇ ਮਹਾਰਾਜ ਉਪਦੇਸ਼ ਵੀ ਸਾਰਿਆਂ ਨੂੰ ਸਾਂਝਾ ਦਿੰਦੇ ਕਿਉਂਕਿ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਇੱਥੇ ਵਚਨ ਜਿਹੜਾ ਵਰਤ ਰਿਹਾ ਯੋਗ ਸ਼ਬਦੰਗ ਸ਼ਬਦੰਗ ਦਾ ਅਰਥ ਹੈ ਗੁਰੂ ਦਾ ਬਚਨ ਗੁਰੂ ਦਾ ਉਪਦੇਸ਼ ਗੁਰੂ ਦਾ ਹੁਕਮ ਜਿਹੜਾ ਹੈ ਉਹ ਜੀਵ ਦਾ ਧਰਮ ਹੈ ਯੋਗ ਸ਼ਬਦੰਗ ਭਾਵ ਕਿ ਯੋਗ ਦਾ ਧਰਮ ਕੀ ਸ਼ਬਦੰਗ ਦਾ ਅਰਥ ਹੈ ਧਰਮ ਹੋ ਗਿਆ ਇੱਥੇ ਯੋਗ ਦਾ ਧਰਮ ਹੈ ਗਿਆਨ ਸ਼ਬਦੰਗ ਭਾਵ ਕਿ ਗਿਆਨ ਪ੍ਰਾਪਤ ਕਰਨਾ ਬ੍ਰਹਮ ਦੀ ਵਿਚਾਰ ਕਰਨਾ ਯੋਗ ਯੋਗ ਦਾ ਅਰਥ ਜੁੜਨਾ ਵੀ ਹੈ ਹੁਣ ਅੱਗੇ ਕਹਿੰਦੇ ਆ ਬੇਦ ਸ਼ਬਦੰਗ ਬ੍ਰਾਹਮਣ ब्राह्मणਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ ਜੋ ਵਰਨਵੰਡ ਕਹਿੰਦੀ ਹੈ ਉਹ ਇਹ ਹੈ ਕਿ ਉਹ ਵਿਦਿਆ ਪੜ੍ਹਨੀ ਆਪ ਉਹਨੇ ਤੇ ਪੜਾਉਣੀ ਆਂ দান ਕਰਨਾ ਤੇ ਕਰਾਉਣਾ ਹੈ ਜਗ ਕਰਨਾ ਤੇ ਕਰਾਉਣਾ ਹੈ ਉਹ 6 ਕਰਮ ਕਰਦਾ ਕਹਿੰਦੇ ਉਹ ਗਿਆਨ ਪ੍ਰਾਪਤ ਕਰਨਾ ਇਹ ਬ੍ਰਹਮ ਦੀ ਵਿਚਾਰ ਕਰਨਾ ਹੈ ਬ੍ਰਾਹਮਣ ਦਾ ਕਰਮ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਰ ਦਾ ਸੂਰ ਇਥੇ ਸ਼ਬਦ ਜਿਹੜਾ ਸ਼ੂਦਰ ਵਾਸਤੇ ਆਇਆ ਕਿੰਦੇ ਉਹਦੇ ਤੋਂ ਬਾਅਦ ਖੱਤਰੀਆਂ ਦਾ ਧਰਮ ਸੂਰਮਿਆਂ ਵਾਲਾ ਕੰਮ ਕਰਨਾ ਵੀ ਜੰਗ ਜੁੱਧ ਵਿੱਚ ਜਾ ਕੇ ਲੜਨਾ ਮੈਦਾਨੇ ਜੰਗ ਵਿੱਚ ਲੋੜ ਪੈਣੀ ਤੇ ਜਾ ਕੇ ਇਹ ਉਹਦਾ ਕਰਮ ਗਿਣਿਆ ਗਿਆ ਸੂਰ ਸ਼ਬਦੰਗ ਸੂਰ ਇੱਥੇ ਸ਼ਬਦ ਛੂਦਰ ਵਾਸਤੇ ਵਰਤਿਆ ਦੂਜਿਆਂ ਦੀ ਸੇਵਾ ਕਰਨੀ ਸ਼ਬਦੰਗ ਪਰਾਕ੍ਰਿਤ ਪਰਾ ਦਾ ਮਤਲਬ ਪਰਾਈ ਦੂਸਰਿਆਂ ਦੀ ਕਿਰਤ ਕੰਮ ਦੂਸਰਿਆਂ ਦੇ ਕੰਮ ਕਰਨੇ ਵੀ ਲੋਕਾਂ ਦੇ ਘਰ ਸਾਫ਼ ਸਫਾਈ ਇਹ ਕੰਮ ਛੂਦਰ ਦਾ ਗਿਣਿਆ ਜਾਂਦਾ ਸੀ ਮਹਾਰਾਜ ਇਹ ਸਾਰਾ ਕੁਝ ਗਿਣ ਕੇ ਕਹਿੰਦੇ ਆ ਪਰ ਸਾਰਿਆਂ ਦਾ ਮੁੱਖ ਧਰਮ ਇਹ ਹੈ ਕਿ ਪ੍ਰਭੂ ਦਾ ਸਿਮਰਨ ਕਰੀਏ। ਉੱਥੇ ਤਾਂ ਵੰਡਿਆ ਗਿਆ ਪਰਮਹਾਰਜ ਕਹਿੰਦੇ ਸਰਬ ਸ਼ਬਦੰ ਸਾਰਿਆਂ ਦਾ ਧਰਮ ਇਹ ਹੈ ਏਕ ਸ਼ਬਦੰ ਜੇ ਕੋ ਜਾਣੇ ਪਿਓ ਇੱਕ ਸ਼ਬਦ ਨੂੰ ਇੱਕ ਪ੍ਰਭੂ ਦਾ ਸਿਮਰਨ ਕਰਨਾ। ਮਹਾਰਾਜ ਕਹਿੰਦੇ ਥੇ ਨਹੀਂ ਵੀ ਕੋਨੇ ਕਰਨਾ ਕਹਿੰਦੇ ਬ੍ਰਾਹਮਣ ਵੀ ਕਰੇ, ਛਤਰੀ ਵੀ ਕਰੇ, ਵੈਸ਼ ਵੀ ਕਰੇ, ਜੋਗੀ ਵੀ ਕਰੇ, ਸ਼ੂਦਰ ਵੀ ਕਰੇ ਸਭ ਕਰਨ ਇਹ ਸਾਰਿਆਂ ਦਾ ਧਰਮ ਹੈ। ਉਹਨੇ ਆਖਿਆ ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹਿੰਦੇ ਜੋ ਮਨੁੱਖ ਇਸ ਭੇਦ ਨੂੰ ਜਾਣਦਾ ਨਾਨਕ ਉਸ ਦਾ ਦਾਸ ਹੈ ਉਹ ਮਨੁੱਖ ਪ੍ਰਭੂ ਦਾ ਰੂਪ ਮਹਾਰਾਜ ਕਹਿੰਦੇ ਨਾਨਕ ਤਾਕਾ ਦਾਸ ਹੈ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੇ ਪਿਓ ਜਿਸ ਭੇਦ ਨੂੰ ਕੋ ਜਾਣ ਲੈ ਕੇ ਸਭ ਦਾ ਇੱਕ ਸਾਂਝਾ ਧਰਮ ਹੈ ਉਹ ਹੈ ਪਰਮੇਸ਼ਰ ਦੀ ਭਗਤੀ ਕਰਨੀ ਔਰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜੇ ਕੋਈ ਇਸ ਬਾਤ ਨੂੰ ਬੁੱਝ ਲੈਂਦਾ ਹੈ ਕਹਿੰਦੇ ਮੈਂ ਉਸ ਦਾ ਦਾਸ ਹਾਂ ਮੈਂ ਉਹਦਾ ਸੇਵਕ ਹਾਂ ਕਿੰਦੇ ਉਹ ਮਨੁੱਖ ਪ੍ਰਭੂ ਦਾ ਰੂਪ ਸੋਈ ਨਿਰੰਝਣ ਦੇਉ ਉਹ ਪਰਮੇਸ਼ਰ ਦਾ ਰੂਪ ਹੋ ਨਿਬੜਦਾ ਕਾਲਪੁਰਖ ਦਾ ਇਸੇ ਕਰਕੇ ਜਿਹਾ ਜ ਆਪਾਂ ਕਈ ਵਾਰੀ ਕਹਿੰਨੇ ਨਾ ਬੜੇ ਮਾਨ ਨਾਲ ਇੱਕ ਰਿਕਸ਼ੇ ਚਲਾਉਣ ਵਾਲੇ ਦਾ ਪੁੱਤ ਆਈਪੀਐਸ ਅਫੀਸਰ ਬਣ ਗਿਆ ਇੱਕ ਜੁੱਤੀਆਂ ਗੰਢਣ ਵਾਲੇ ਦੀ ਧੀ ਜੱਜ ਬਣ ਗਈ ਕੋਈ ਮਨੁੱਖ ਜਿਹੜਾ ਹੈ ਦੂਸਰਿਆਂ ਦੇ ਘਰ ਕੰਮ ਕਰਨ ਵਾਲਾ ਸਾਫ ਸਫਾਈ ਕਰਨ ਵਾਲੇ ਦਾ ਕੋਈ ਬੱਚਾ ਜਿਹੜਾ ਹੈ ਉਹ ਬਹੁਤ ਵੱਡੀ ਪਦਵੀ ਤੇ ਪਹੁੰਚ ਗਿਆ ਤੇ ਮਹਾਰਾਜ ਨੇ ਬੰਧਨ ਤੋੜਿਆ ਜੇ ਵਰਨਵੰਡ ਦੀ ਕਹਾਣੀ ਹੁੰਦੀ ਤੇ ਅੱਜ ਵੀ ਸਿਸਟਮ ਉਹ ਹੀ ਹੁੰਦਾ ਗੁਰੂ ਕਿਰਪਾ ਕਰੇ ਅਸੀਂ ਮਾਲਕ ਦੀਆਂ ਨਾ ਬਖਸ਼ੀਆਂ ਨੂੰ ਸਮਝੀਏ ਔਰ ਉਸ ਦਾਤੇ ਦੇ ਧੰਨਵਾਦ ਵਿੱਚ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਦੇਸ਼ ਵਿਦੇਸ਼ ਦੀ ਤਰਕੀ ਤੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਜਿਸ ਦੀ 12 ਨੰਬਰ ਪੌੜੀ ਨਾਲ ਆਇਆ ਹੋਇਆ ਦੂਸਰਾ ਸ਼ਲੋਕ ਜੋ ਧੰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੈ ਮਹਲਾ ਦੂਜਾ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਉਦਰ ਸ਼ਬਦੰ ਪ੍ਰਕਿਰਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ ਨਾਨਕ ਤਾਕਾ ਦਾਸ ਹੈ ਸੋਈ ਨਿਰੰજન ਦੇਓ ਸਤਿਗੁਰੂ ਧੰਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਪੁਰਾਤਨ ਸਮੇਂ ਦੇ ਅੰਦਰ ਜਦੋਂ ਵਰਣਮੰਡ ਦੀ ਗੱਲ ਕੀਤੀ ਗਈ ਉਸ ਵਰਣਮੰਡ ਦੇ ਵਿੱਚ ਉਹਨਾਂ ਵਰਨਾ ਦੇ ਕੰਮ ਵੀ ਵੰਡੇ ਗਏ ਜਿਹਦੇ ਵਿੱਚ ਇੱਥੇ ਮਹਾਰਾਜ ਨੇ ਯੋਗ ਤੋਂ ਬਾਤ ਸ਼ੁਰੂ ਕੀਤੀ ਹੈ ਤਾਂ ਉਹਦੇ ਨਾਲ ਨਾਲ ਬ੍ਰਾਹਮਣ ਖੱਤਰੀ ਸੂਦਰ ਤੇ ਵੈਸ਼ ਇਹ ਚਾਰ ਵਰਣ ਜਿਹੜੇ ਮੰਨੇ ਗਏ ਜੋਗ ਕਿਉਂਕਿ ਇੱਕ ਵੱਖਰਾ ਮਤ ਮੰਨਿਆ ਗਿਆ ਉਹਦੀ ਵੀ ਨਾਲ ਮਹਾਰਾਜ ਨੇ ਪੰਜਵਾਂ ਉਹਦੀ ਬਾਤ ਕੀਤੀ ਤਾਂ ਜਿਹੜੇ ਚਾਰ ਵਰਨਾਂ ਦੀ ਜਦੋਂ ਬਾਤ ਆਉਂਦੀ ਸੀ ਤਾਂ ਉਹਨਾਂ ਚਾਰ ਵਰਨਾਂ ਦੇ ਕੰਮਾਂ ਨੂੰ ਵੀ ਤਕਸੀਮ ਕੀਤਾ ਗਿਆ ਔਰ ਦੱਸਿਆ ਗਿਆ ਵੀ ਕਿਹੜਾ ਵਰਣ ਜਿਹੜਾ ਉਹ ਕਿਹੜਾ ਕੰਮ ਕਰੇਗਾ ਔਰ ਇਹ ਚੀਜ਼ ਇਸ ਤਰ੍ਹਾਂ ਦੀ ਪੱਕੀ ਕਰ ਦਿੱਤੀ ਗਈ ਸੀ ਕਿ ਜੇ ਕੋਈ ਸ਼ੂਦਰ ਦਾ ਪੁੱਤ ਹੈ ਤੇ ਜੇ ਉਹ ਮੋਚੀ ਹੈ ਤੇ ਉਹਦੇ ਪੁੱਤਰ ਵੀ ਅੱਗੋਂ ਮੋਚੀ ਬਣੇਗਾ ਔਰ ਕੋਈ ਕੰਮ ਨਹੀਂ ਕਰ ਸਕਦਾ ਇਹ ਪਾਬੰਦੀ ਲਗਾਈ ਗਈ ਸੀ ਜੇ ਉਹਦਾ ਪਿਤਾ ਲੋਕਾਂ ਦਾ ਮਲਮੁੱਤਰ ਗੰਦਗੀ ਛੁੜਦਾ ਰਿਹਾ ਤੇ ਉਹਦੇ ਪੁੱਤ ਨੂੰ ਵੀ ਇਹੋ ਕੰਮ ਹੀ ਕਰਨਾ ਪੈਣਾ ਭਾਵੇਂ ਕਿੰਨਾ ਵੀ ਲਾਇਕ ਕਿਉਂ ਨਾ ਹੋਵੇ ਇਹ ਉਹਨਾਂ ਵਰਣਵੰਡ ਵਾਲਿਆਂ ਦੀ ਵਿਚਾਰ ਉਹਨਾਂ ਗ੍ਰੰਥਾਂ ਦੇ ਅੰਦਰ ਜੋ ਲਿਖੀ ਗਈ ਵੀ ਇਹੋ ਹੀ ਕੰਮ ਕਰਨਾ ਲੈਕਿਨ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਸਤਿਗੁਰੂ ਕਹਿੰਦੇ ਆ ਕਿ ਜਾਤੀ ਅਨੁਸਾਰ ਵਰਨ ਅਨੁਸਾਰ ਧਰਮ ਅਨੁਸਾਰ ਕਿਸੇ ਨੂੰ ਇਹ ਨਹੀਂ ਹੈ ਕਿ ਉਹਦਾ ਪਿਤਾ ਜਿਹੜਾ ਹੈ ਕੰਮ ਕਰਦਾ ਸੀ ਤਾਂ ਉਹਦਾ ਤੀ ਪੁੱਤ ਵੀ ਇਹੀ ਕਰੇ ਉਹ ਹੋਰ ਨਹੀਂ ਕੁਝ ਕਰ ਸਕਦਾ ਜਿਵੇਂ ਆਮ ਕਰਕੇ ਆਪਾਂ ਪ੍ਰਾਣਾ ਸੁਣਦੇ ਆ ਰਹੇ ਹੁਣ ਇੱਕ ਕਲਵਿਆ ਜਿਨੇ ਤੀਰ ਅੰਦਾਜ਼ੀ ਜਦੋਂ ਸਿੱਖੀ ਹੈ ਤਾਂ ਉਹ ਨਿਸ਼ਾਨਾ ਐਡਾ ਵਧੀਆ ਲਾਉਣ ਲੱਗ ਪਿਆ ਐਡਾ ਅੱਛਾ ਨਿਸ਼ਾਨਾ ਲਾਉਣ ਲੱਗ ਪਿਆ ਲੇਕਨ ਉਹ ਛਤਰੀਆਂ ਵਿੱਚੋਂ ਨਹੀਂ ਸੀ ਉਹ ਕਿਸੇ ਰਾਜੇ ਦਾ ਪੁੱਤਰ ਨਹੀਂ ਸੀ ਹੁਣ ਜਦੋਂ ਉਹਦਾ ਨਿਸ਼ਾਨੇ ਦੀ ਸਾਰੇ ਪਾਸੇ ਚਰਚਾ ਹੋਣ ਲੱਗੀ ਤਾਂ ਉਥੇ ਜੋ ਅਰਜਣ ਹੈ ਜੀ ਦੀ ਗੱਲ ਕੀਤੀ ਗਈ ਵੀ ਇਹ ਤੀਰਅੰਦਾਜ਼ ਹੈ ਉਹ ਕਹਿੰਦੇ ਵੀ ਇਹ ਤਾਂ ਫਿਰੇਦ ਤੋਂ ਵੀ ਅੱਗੇ ਨਿਕਲ ਜਾਏਗਾ ਵੇ ਤਾਂ ਇਹ ਕਲਵਿਆ ਦੇ ਮੁਕਾਬਲ ਤਾਂ ਤਾਰਜਨ ਵੀ ਨਹੀਂ ਹੈ ਤਾਂ ਹੁਣ ਕੀਤਾ ਕੀ ਜਾਏ ਤਾਂ ਉਥੇ ਦਰਉਣਾਚਾਰੀਆ ਭਾਵੇਂ ਇਤਨਾ ਵੱਡਾ ਗੁਰੂ ਹੈ ਉਹਨੇ ਇਹ ਕਲਵਿਆ ਤੋਂ ਗੁਰੂ ਦਕਸ਼ਣਾ ਦੇ ਵਿੱਚ ਉਹਦਾ ਅੰਗੂਠਾ ਹੀ ਮੰਗ ਲਿਆ ਵੀ ਅੰਗੂਠਾ ਦੇ ਦੇ ਮੈਨੂੰ ਹੁਣ ਜਦੋਂ ਅੰਗੂਠਾ ਮੰਗਿਆ ਤੇ ਅੱਗੋਂ ਉਹਦਾ ਧਰਮ ਵੇਖੋ ਨੇ ਇੱਕ ਸਿਸ਼્ય ਦਾ ਇੱਕ ਵਿਦਿਆਰਥੀ ਦਾ ਧਰਮ ਨਿਭਾਇਆ ਤੇ ਆਪਣੇ ਗੁਰੂ ਪ੍ਰਤੀ ਇਹੋ ਜੀ ਸ਼ਰਧਾ ਰੱਖੀ ਅੰਗੂਠਾ ਵੱਢ ਕੇ ਦੇ ਦਿੱਤਾ। ਉਹਨੂੰ ਪਤਾ ਸੀ ਅੰਗੂਠੇ ਨਾਲ ਤੀਰ ਚਲਾਉਣਾ ਅੰਗੂਠਾ ਨਹੀਂ ਹੋਏਗਾ, ਚਲਾ ਨਹੀਂ ਪਾਏਗਾ। ਤੋਂ ਇਸ ਤਰ੍ਹਾਂ ਨਾਲ ਲੋਕਾਂ ਨੂੰ ਦਬਾ ਕੇ ਐਸਾ ਕੁਝ ਕਰਨ ਦਾ ਯਤਨ ਕੀਤਾ ਜਾਂਦਾ ਸੀ। ਕੋਈ ਸ਼ੂਦਰ ਭਗਤੀ ਨਹੀਂ ਕਰ ਸਕਦਾ। ਕੋਈ ਧਾਰਮਿਕ ਗ੍ਰੰਥ ਪੜ੍ਹ ਨਹੀਂ ਸਕਦਾ, ਸੁਣ ਨਹੀਂ ਸਕਦਾ ਇਹ ਪਾਬੰਦੀ। ਛਤਰੀਓ ਦਾ ਕੰਮ ਲੜਨਾ ਹੈ। ब्राह्मण ਦੇ ਸਾਹਮਣੇ ਕਿਸੇ ਦੀ ਧੀ ਦੀ ਇੱਜ਼ਤ ਲੁੱਟ ਲਈ ਜਾਏ ਕਿਸੇ ਨਾਲ ਕੁਝ ਧੱਕਾ ਹੋ ਜਾਏ ਉਹ ਆਂਦਾ ਨਹੀਂ ਮੇਰਾ ਕੰਮ ਨਹੀਂ ਹੈ ਲੜਨਾ ਮੇਰੇ ਭਾਵੇਂ ਕੁਝ ਹੋਈ ਜਾਏ ਮੇਰੇ ਤੋਂ ਤਾਂ ਬਸ ਮੰਤਰ ਸੁਣ ਲਓ ਜਾਂ ਮੈਂ ਸੁਣਾ ਦਿਆਂਗਾ ਗਿਆਨ ਲੈ ਲਓ ਮੇਰੇ ਸਾਹਮਣੇ ਕੀ ਕੁਝ ਕੋਈ ਕਰ ਰਿਹਾ ਲੜਨਾ ਮੇਰਾ ਕੰਮ ਨਹੀਂ ਹੈ ਤੇ ਵੈਸ਼ ਦਾ ਉਹ ਆਂਦਾ ਮੇਰਾ ਕੰਮ ਕੇਵਲ ਵਪਾਰ ਕਰਨਾ ਹੈ ਅਨ ਧਨ ਪੈਦਾ ਕਰਨਾ ਹੈ ਮੈਨੂੰ ਧਰਮ ਨਾਲ ਵੀ ਕੋਈ ਮਤਲਬ ਨਹੀਂ ਵੇਦਾਂ ਚ ਕੀ ਲਿਖਿਆ ਮੰਤਰਾਂ ਚ ਕੀ ਲਿਖਿਆ ਰੱਬ ਕੀ ਹੈ ਨਾ ਮੈਨੂੰ ਲੜਨ ਨਾਲ ਮਤਲਬ ਹੈ ਕੋਈ ਦੇਸ਼ ਤੇ ਚੜ੍ਹਾਈ ਕਰ ਰਿਹਾ ਮੈਨੂੰ ਕੋਈ ਮਤਲਬ ਨਹੀਂ ਛਤਰੀ ਦਾ ਕੰਮ ਹੈ ਜਾ ਕੇ ਲੜੇ ਮੈਂ ਥੋੜੀ ਲੜਨਾ ਇਸੇ ਤਰ੍ਹਾਂ ਸ਼ੂਦਰ ਉਹ ਕਹਿੰਦਾ ਸੀ ਮੇਰਾ ਕੰਮ ਤਾਂ ਗੰਦਗੀ ਢੋਣੀ ਹੈ ਮੈਨੂੰ ਕੀ ਲੱਗੇ ਲੇਕਿਨ ਮਾਲਕ ਨੇ ਬੜੀ ਵੱਡੀ ਕਿਰਪਾ ਕੀਤੀ ਸਭ ਨਾਲੋਂ ਪਹਿਲਾਂ ਤਾਂ ਸਤਿਗੁਰੂ ਦਾਤੇ ਨੇ ਬਖਸ਼ਿਸ਼ ਕੀਤੀ ਕਿ ਸਿੱਖ ਦੇ ਅੰਦਰ ਚਾਰੇ ਚੀਜ਼ਾਂ ਪੈਦਾ ਕੀਤੀਆਂ ਮਹਾਰਜ ਕੇਂਦਰ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਮਾਲਕ ਦੀ ਬਾਣੀ ਪੜਦਾ ਗੁਰੂ ਗੁਰੂ ਜਪਦਾ ਹੈ ਗੁਰੂ ਦੇ ਸ਼ਬਦ ਨਾਲ ਜੁੜਦਾ ਵਿਦਿਆ ਪੜਦਾ ਤਾਂ ਬ੍ਰਾਹਮਣ ਹੈ ਜੇ ਕਿਤੇ ਸਮਾਂ ਪੈਂਦਾ ਤੇ ਉਹੀ ਬੰਦਾ ਜਿਹੜਾ ਸਵੇਰੇ ਪੋਥੀ ਸਾਹਿਬ ਲੈ ਕੇ ਗੁਟਕਾ ਸਾਹਿਬ ਲੈ ਕੇ ਬਾਣੀ ਪੜ ਰਿਹਾ ਜਦੋਂ ਉਹਨੂੰ ਲੱਗਦਾ ਕਿਸੇ ਉੱਤੇ ਧਾਵਾ ਬੋਲਿਆ ਜਾ ਰਿਹਾ ਕਿਸੇ ਧੀ ਪੈਣ ਦੀ ਤਸਮਤ ਲੁੱਟੀ ਜਾ ਰਹੀ ਤਾਂ ਉਹ ਖੱਤਰੀ ਬਣ ਕੇ ਹੱਥ ਵਿੱਚ ਤਲਵਾਰ ਲੈ ਕੇ ਖੜਾ ਹੋ ਜਾਂਦਾ ਔਰ ਕਿਤੇ ਉਹ ਹਲ ਵਾਉਂਦਾ ਹੈ ਦੁਕਾਨਦਾਰੀ ਕਰਦਾ ਤਾਂ ਵੈਸ਼ ਵਾਲੇ ਕੰਮ ਕਰ ਰਿਹਾ ਜਿੰਨੂੰ ਸਭ ਨਾਲੋਂ ਨੀਵਾਂ ਕੰਮ ਸਮਝਿਆ ਜਾਂਦਾ ਸੀ ਕਿ ਛੂਦਰ ਗੰਦਗੀ ਚੁੱਕਣੀ ਗਿਲਾਨੀ ਦਾ ਕੰਮ ਸਤਗੁਰੂ ਦਾਤੇ ਨੇ ਉਹਨੂੰ ਸੇਵਾ ਦਾ ਨਾਮ ਦਿੱਤਾ ਕਿ ਭਾਂਡੇ ਮਾਂਜਣੇ ਜੋੜੇ ਝਾੜਨੇ ਝਾੜੂ ਫੇਰਨਾ ਇਹ ਜਿੰਨਾ ਕੁਝ ਹੈ ਇਹ ਤਾਂ ਭਾਈ ਭਾਗਾਵਾਲਿਆਂ ਨੂੰ ਸੇਵਾ ਮਿਲਦੀ ਇਸੇ ਕਰਕੇ ਅੱਜ ਜਿੰਨੂੰ ਛੂਦਰ ਕਰਮ ਆਖਿਆ ਜਾਂਦਾ ਸੀ ਉਹਨੂੰ ਸੇਵਾ ਦਾ ਨਾਮ ਦੇ ਕੇ ਮਹਾਰਾਜ ਨੇ ਗੁਰੂ ਘਰ ਵਿੱਚ ਇੰਨਾ ਉੱਚਾ ਕਰ ਦਿੱਤਾ ਕਿ ਅੱਜ ਗੁਰਦੁਆਰਾ ਸਾਹਿਬ ਕੋਈ ਝਾੜੂ ਫੇਰ ਰਿਹਾ ਹੋਵੇ ਤੇ ਆਪਾਂ ਉਹਨੂੰ ਗਿਲਾਨੀ ਦੀ ਨਜ਼ਰ ਨਾਲ ਨਹੀਂ ਵੇਖਦੇ ਇੱਜ਼ਤ ਨਾਲ ਵੇਖਦੇ ਆਂ ਵੀ ਭਾਗਾਾਂ ਵਾਲਾ ਜੀ ਸੇਵਾ ਕਰ ਰਿਹਾ ਹੈ ਬੜਾ ਕਰਮਾਂ ਵਾਲਾ ਉਹਦੇ ਪੈਰ ਛੂੰਹ ਦਿਲ ਕਰਦਾ ਕੋਈ ਭਾਂਡੇ ਮਾਂਜ ਰਿਹਾ ਹੋਵੇ ਸਾਡੀ ਉਹਦੇ ਵੱਲ ਵੇਖ ਕੇ ਸ਼ਰਧਾ ਪੈਦਾ ਹੁੰਦੀ ਸਕੋ ਕੋਈ ਉੱਥੇ ਜੋੜੇ ਪਾਲਿਸ਼ ਕਰ ਰਿਹਾ ਹੋਵੇ ਜੋੜੇ ਘਰ ਵਿੱਚ ਸੇਵਾ ਮੰਗ ਮੰਗ ਕੇ ਬੰਦਾ ਲੈ ਰਿਹਾ ਹੈ ਕਿਉਂ ਕਿਉਂਕਿ ਮਹਾਰਾਜ ਨੇ ਸੇਵਾ ਨੂੰ ਇੰਨਾ ਉੱਚਾ ਚੁੱਕ ਦਿੱਤਾ ਜਿਹਨੂੰ ਵਰਣਵੰਡ ਵਾਲੇ ਕਹਿੰਦੇ ਸਨ ਕਿ ਸਭ ਨਾਲੋਂ ਨੀਵਾਂ ਕੰਮ ਹੈ। ਅੱਜ ਉਸੇ ਸੇਵਾ ਨੂੰ ਕਰਕੇ ਬੰਦਾ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ। ਇਹ ਮਾਲਕ ਨੇ ਐਸੀ ਬਖਸ਼ਿਸ਼ ਕੀਤੀ ਹੈ। ਤਾਂ ਕਰਕੇ ਇੱਥੇ ਮਹਾਰਾਜ ਉਪਦੇਸ਼ ਵੀ ਸਾਰਿਆਂ ਨੂੰ ਸਾਂਝਾ ਦਿੰਦੇ ਕਿਉਂਕਿ ਖੱਤਰੀ, ਬ੍ਰਾਹਮਣ, ਸੂਤ, ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਇੱਥੇ ਵਚਨ ਜਿਹੜਾ ਵਰਤ ਰਿਹਾ ਯੋਗ ਸ਼ਬਦੰਗ ਸ਼ਬਦੰਗ ਦਾ ਅਰਥ ਹੈ ਗੁਰੂ ਦਾ ਬਚਨ ਗੁਰੂ ਦਾ ਉਪਦੇਸ਼ ਗੁਰੂ ਦਾ ਹੁਕਮ ਜਿਹੜਾ ਹੈ ਉਹ ਜੀਵ ਦਾ ਧਰਮ ਹੈ ਯੋਗ ਸ਼ਬਦੰਗ ਪਾਵ ਕੇ ਯੋਗ ਦਾ ਧਰਮ ਕੀ ਸ਼ਬਦੰਗ ਦਾ ਅਰਥ ਹੈ ਧਰਮ ਹੋ ਗਿਆ ਇੱਥੇ ਯੋਗ ਦਾ ਧਰਮ ਹੈ ਗਿਆਨ ਸ਼ਬਦੰਗ ਪਾਵ ਕੇ ਗਿਆਨ ਪ੍ਰਾਪਤ ਕਰਨਾ ਬ੍ਰਹਮ ਦੀ ਵਿਚਾਰ ਕਰਨਾ ਯੋਗ ਯੋਗ ਦਾ ਅਰਥ ਜੁੜਨਾ ਵੀ ਹੈ ਹੁਣ ਅੱਗੇ ਕਹਿੰਦੇ ਆ ਬੇਦ ਸ਼ਬਦੰਗ ਬ੍ਰਾਹਮਣ ब्राह्मणा ਦਾ ਧਰਮ ਵੇਦਾਂ ਦੀ ਵਿਚਾਰ ਹੈ ਜੋ ਵਰਨਵੰਡ ਕਹਿੰਦੀ ਹੈ ਉਹ ਇਹ ਹੈ ਕਿ ਉਹ ਵਿਦਿਆ ਪੜ੍ਹਨੀ ਆਪ ਉਹਨੇ ਤੇ ਪੜਾਉਣੀ ਆਂ দান ਕਰਨਾ ਤੇ ਕਰਾਉਣਾ ਹੈ ਜਗ ਕਰਨਾ ਤੇ ਕਰਾਉਣਾ ਹੈ ਉਹ ਛੇ ਕਰਮ ਕਰਦਾ ਕਹਿੰਦੇ ਉਹ ਗਿਆਨ ਪ੍ਰਾਪਤ ਕਰਨਾ ਇਹ ਬ੍ਰਹਮ ਦੀ ਵਿਚਾਰ ਕਰਨਾ ਹੈ ਬ੍ਰਾਹਮਣ ਦਾ ਕਰਮ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਰ ਦਾ ਸੂਰ ਇਥੇ ਸ਼ਬਦ ਜਿਹੜਾ ਸ਼ੂਦਰ ਵਾਸਤੇ ਆਇਆ ਕਿੰਦੇ ਉਹਦੇ ਤੋਂ ਬਾਅਦ ਖੱਤਰੀਆਂ ਦਾ ਧਰਮ ਸੂਰਮਿਆਂ ਵਾਲਾ ਕੰਮ ਕਰਨਾ ਵੀ ਜੰਗ ਜੁੱਧ ਵਿੱਚ ਜਾ ਕੇ ਲੜਨਾ ਮੈਦਾਨੇ ਜੰਗ ਵਿੱਚ ਲੋੜ ਪੈਣੀ ਤੇ ਜਾ ਕੇ ਇਹ ਉਹਦਾ ਕਰਮ ਗਿਣਿਆ ਗਿਆ ਸੂਰ ਸ਼ਬਦੰਗ ਸੂਰ ਇੱਥੇ ਸ਼ਬਦ ਸ਼ੂਦਰ ਵਾਸਤੇ ਵਰਤਿਆ ਦੂਜਿਆਂ ਦੀ ਸੇਵਾ ਕਰਨੀ ਸ਼ਬਦੰਗ ਪਰਾਕਰਤ ਪਰਾ ਦਾ ਮਤਲਬ ਪਰਾਈ ਦੂਸਰਿਆਂ ਦੀ ਕਰਤ ਕੰਮ ਦੂਸਰਿਆਂ ਦੇ ਕੰਮ ਕਰਨੇ ਵੀ ਲੋਕਾਂ ਦੇ ਘਰ ਸਾਫ ਸਫਾਈ ਇਹ ਕੰਮ ਸ਼ੂਦਰ ਦਾ ਗਿਣਿਆ ਜਾਂਦਾ ਸੀ ਮਹਾਰਾਜ ਇਹ ਸਾਰਾ ਕੁਝ ਗਿਣ ਕੇ ਕਹਿੰਦੇ ਆ ਪਰ ਸਾਰਿਆਂ ਦਾ ਮੁੱਖ ਧਰਮ ਇਹ ਹੈ ਕਿ ਪ੍ਰਭੂ ਦਾ ਸਿਮਰਨ ਕਰੀਏ। ਉੱਥੇ ਤਾਂ ਵੰਡਿਆ ਗਿਆ ਪਰਮਹਾਰਜ ਕਹਿੰਦੇ ਸਰਬ ਸ਼ਬਦੰ ਸਾਰਿਆਂ ਦਾ ਧਰਮ ਇਹ ਹੈ ਏਕ ਸ਼ਬਦੰ ਜੇ ਕੋ ਜਾਣੇ ਪਿਓ ਇੱਕ ਸ਼ਬਦ ਨਾਲ ਇੱਕ ਪ੍ਰਭੂ ਦਾ ਸਿਮਰਨ ਕਰਨਾ। ਮਹਾਰਾਜ ਕਹਿੰਦੇ ਥੇ ਨਹੀਂ ਵੀ ਕੋਨੇ ਕਰਨਾ ਕਹਿੰਦੇ ਬ੍ਰਾਹਮਣ ਵੀ ਕਰੇ, ਛਤਰੀ ਵੀ ਕਰੇ, ਵੈਸ਼ ਵੀ ਕਰੇ, ਜੋਗੀ ਵੀ ਕਰੇ, ਸ਼ੂਦਰ ਵੀ ਕਰੇ ਸਭ ਕਰਨ ਇਹ ਸਾਰਿਆਂ ਦਾ ਧਰਮ ਹੈ। ਉਹਨੇ ਆਖਿਆ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹਿੰਦੇ ਜੋ ਮਨੁੱਖ ਇਸ ਭੇਦ ਨੂੰ ਜਾਣਦਾ ਨਾਨਕ ਉਸ ਦਾ ਦਾਸ ਹੈ ਉਹ ਮਨੁੱਖ ਪ੍ਰਭੂ ਦਾ ਰੂਪ ਮਹਾਰਾਜ ਕਹਿੰਦੇ ਨਾਨਕ ਤਾਕਾ ਦਾਸ ਹੈ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੇ ਪਿਓ ਜਿਸ ਭੇਦ ਨੂੰ ਕੋ ਜਾਣ ਲੈ ਕੇ ਸਭ ਦਾ ਇੱਕ ਸਾਂਝਾ ਧਰਮ ਹੈ ਉਹ ਹੈ ਪਰਮੇਸ਼ਰ ਦੀ ਭਗਤੀ ਕਰਨੀ ਔਰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜੇ ਕੋਈ ਇਸ ਬਾਤ ਨੂੰ ਬੁੱਝ ਲੈਂਦਾ ਹੈ ਕਹਿੰਦੇ ਮੈਂ ਉਸ ਦਾ ਦਾਸ ਹਾਂ ਮੈਂ ਉਹਦਾ ਸੇਵਕ ਹਾਂ ਕਿੰਦੇ ਉਹ ਮਨੁੱਖ ਪ੍ਰਭੂ ਦਾ ਰੂਪ ਸੋਈ ਨਿਰੰਝਣ ਦੇਉ ਉਹ ਪਰਮੇਸ਼ਰ ਦਾ ਰੂਪ ਹੋ ਨਿਬੜਦਾ ਕਾਲਪੁਰਖ ਦਾ ਇਸੇ ਕਰਕੇ ਜਿਹਾ ਜ ਆਪਾਂ ਕਈ ਵਾਰੀ ਕਹਿੰਨੇ ਨਾ ਬੜੇ ਮਾਨ ਨਾਲ ਇੱਕ ਰਿਕਸ਼ੇ ਚਲਾਉਣ ਵਾਲੇ ਦਾ ਪੁੱਤ ਆਈਪੀਐਸ ਅਫੀਸਰ ਬਣ ਗਿਆ ਇੱਕ ਜੁੱਤੀਆਂ ਗੰਢਣ ਵਾਲੇ ਦੀ ਧੀ ਜੱਜ ਬਣ ਗਈ ਕੋਈ ਮਨੁੱਖ ਜਿਹੜਾ ਹੈ ਦੂਸਰਿਆਂ ਦੇ ਘਰ ਕੰਮ ਕਰਨ ਵਾਲਾ ਸਾਫ ਸਫਾਈ ਕਰਨ ਵਾਲੇ ਦਾ ਕੋਈ ਬੱਚਾ ਜਿਹੜਾ ਹੈ ਉਹ ਬਹੁਤ ਵੱਡੀ ਪਦਵੀ ਤੇ ਪਹੁੰਚ ਗਿਆ ਤੇ ਮਹਾਰਾਜ ਨੇ ਬੰਧਨ ਤੋੜਿਆ ਜੇ ਵਰਨਵੰਡ ਦੀ ਕਹਾਣੀ ਹੁੰਦੀ ਤੇ ਅੱਜ ਵੀ ਸਿਸਟਮ ਉਹ ਹੀ ਹੁੰਦਾ ਗੁਰੂ ਕਿਰਪਾ ਕਰੇ ਅਸੀਂ ਮਾਲਕ ਦੀਆਂ ਨਿਬਖਸ਼ਾਂ ਨੂੰ ਸਮਝੀਏ ਔਰ ਉਸ ਦਾਤੇ ਦੇ ਧੰਨਵਾਦ ਵਿੱਚ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਨਿਕ ਸਵੇਰਾ ਦੇ ਨਾਲ ਦੇਸ਼ ਵਿਦੇਸ਼ ਦੀ ਤਰਤੀਤੇ ਦਿਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਆਸਾ ਕੀ ਵਾਰ ਜਿਸ ਦੀ 12 ਨੰਬਰ ਪੌੜੀ ਨਾਲ ਆਇਆ ਹੋਇਆ ਤੀਸਰਾ ਸ਼ਲੋਕ ਮਹੱਲਾ ਦੂਜਾ ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਵਾਸੋ ਦੇਵਸਯ ਜੇ ਕੋ ਜਾਣੈ ਭਿਓ ਨਾਨਕ ਤਾਕਾ ਦਾਸ ਹੈ ਸੋਈ ਨਿਰੰਝਨ ਦੇਉ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਸ਼ਲੋਕ ਦੇ ਅੰਦਰ ਜੋ ਬਖਸ਼ਿਸ਼ ਕੀਤੀ ਹੈ ਸਹਿਬ ਕਹਿੰਦੇ ਆ ਕਿ ਇਸ ਜਗਤ ਦੇ ਉੱਤੇ ਜਿੰਨੇ ਵੀ ਜੀਵ ਨੇ ਪਰ ਉਹ ਕੇਵਲ ਇੱਥੇ ਨੇ ਕਿਸੇ ਵੀ ਜੂਨ ਦੇ ਵਿੱਚ ਹੈ ਜਿਵੇਂ ਆਪਾਂ ਚੌਪਾਈ ਸਾਹਿਬ ਦੇ ਵਿੱਚ ਇੱਕ ਬਚਨ ਪੜ੍ਹਦੇ ਹਾਂ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਹੀ ਅੰਸ਼ ਹੈ ਆਤਮਾ ਜਿਸ ਨੂੰ ਆਖਿਆ ਹੈ ਆਤਮਾ ਦਾ ਹੀ ਰੂਪਿਆ ਜਿਸ ਨੂੰ ਪਰਮਾਤਮਾ ਪਰਮ ਆਤਮਾ ਆਪਾਂ ਪਰਮਾਤਮਾ ਕਹਿੰਨੇ ਜੋ ਵੱਡੀ ਆਤਮਾ ਹੈ ਰੋ ਦੇ ਵਿੱਚੋਂ ਅਸੀਂ ਛੋਟੇ-ਛੋਟੇ ਕਣ ਨੇ ਜੋ ਸਾਡੇ ਵਿੱਚ ਜੋਤ ਰੂਪ ਵਿੱਚ ਉਹਨੇ ਰੱਖੇ ਤਾਂ ਆਤਮਾ ਜਿੰਨੇ ਵੀ ਜੀਵ ਚਾਹੋ ਜਲ ਵਿੱਚ ਰਹਿਣ ਵਾਲੇ ਆ ਚਾਹੇ ਧਰਤੀ ਤੇ ਆ ਚਾਹੇ ਆਕਾਸ਼ ਵਿੱਚ ਉੱਡਣ ਵਾਲੇ ਉਹਨਾਂ ਪੰਰਦਿਆਂ ਦੇ ਅੰਦਰ ਵੀ ਆਤਮਾ ਹੁੰਦੀ ਹੈ ਜਾਨਵਰਾਂ ਪਸ਼ੂਆਂ ਦੇ ਅੰਦਰ ਵੀ ਆਤਮਾ ਹੈ ਜੋਤ ਹੈ ਉਸ ਮਾਲਕ ਦੀ ਤਾਂ ਹੀ ਆਖਿਆ ਚੀਟੀ ਤੇ ਕੁੰਚਰ ਸਥੂਲਾ ਆਪਾਂ ਆਮ ਕਰਕੇ ਸ਼ਬਦ ਵਰਤਦੇ ਆਂ ਪੁਰਾਣੇ ਬਜ਼ੁਰਗ ਇਹਨੂੰ ਮੁਹਾਵਰੇ ਚ ਇਸ ਤਰ੍ਹਾਂ ਵੀ ਕੀੜੀ ਤੋਂ ਲੈ ਕੇ ਹਾਥੀ ਤੱਕ ਭਾਵੇਂ ਜੀਵ ਤੇ ਹੋਰ ਵੀ ਬਥੇਰੇ ਨੇ ਇਹਦਾ ਭਾਵ ਹੁੰਦਾ ਸੀ ਵੀ ਕੀੜੀ ਤੋਂ ਲੈ ਕੇ ਹਾਥੀ ਤੱਕ ਭਾਵ ਕੇ ਸਮਸਤ ਜਿੰਨੇ ਵੀ ਜੀਵ ਐ ਸੰਸਾਰ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਉਸੇ ਨੂੰ ਅਸੇਰੂ ਵਿੱਚ ਇਸ ਤਰ੍ਹਾਂ ਮਹਾਰਾਜ ਨੇ ਵਰਤਿਆ ਕਿ ਚੀਟੀ ਤੇ ਚੀਟੀ ਕਹਿੰਦੇ ਕੀੜੀ ਨੂੰ ਚੀਟੀ ਤੇ ਕੁੰਚਰ ਹਾਥੀ ਕੁੰਚਰਾਥੀ ਨੂੰ ਕਹਿੰਦੇ ਚੀਤੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਇਹ ਸਾਰੇ ਹੀ ਉਹਦੇ ਬਣਾਏ ਆ ਉਹ ਸਾਰੇ ਵਿੱਚ ਵਰਤਦਾ ਅੱਜ ਦੀ ਭਾਸ਼ਾ ਵਿੱਚ ਆਪਾਂ ਕਈ ਵਾਰੀ ਨਾ ਵੱਡੇ ਵੱਡੇ ਸਟੋਰ ਖੁੱਲ ਗਏ ਤੇ ਉੱਥੋਂ ਹੁਣ ਸਭ ਚੀਜ਼ਾਂ ਮਿਲਦੀਆਂ ਹੁਣ ਤੇ ਭਾਵੇਂ ਚੀਜ਼ ਉਹਦੇ ਵਿੱਚ ਆਉਂਦੀ ਨਹੀਂ ਪਰ ਆਪਾਂ ਇੱਕ ਫਿਕਰਾ ਕਹਿ ਦਿੰਨੇ ਜੀ ਫਲਾਣਾ ਸਟੋਰ ਆ ਸੂਈ ਤੋਂ ਲੈ ਕੇ ਭਾਵੇਂ ਹਵਾਈ ਜਹਾਜ਼ ਤੱਕ ਖਰੀਦ ਲੋ ਉੱਥੇ ਹੁਣ ਇਹ ਤਾਂ ਨਹੀਂ ਵੀ ਹਵਾਈ ਜਹਾਜ਼ ਉੱਥੇ ਮਿਲਦਾ ਬਰ ਉਹ ਕਹਿਣ ਦਾ ਭਾਵੇਂ ਹੁੰਦਾ ਵੀ ਉੱਥੋਂ ਸਭ ਪ੍ਰਕਾਰ ਦਾ ਸਮਾਨ ਜਿਹੜਾ ਉਹ ਸਾਨੂੰ ਅਵੇਲੇਬਲ ਹੋ ਸਕਦਾ ਪ੍ਰਾਪਤ ਹੋ ਸਕਦਾ ਤੋ ਇਸ ਤਰ੍ਹਾਂ ਮੁਹਾਵਰਾ ਵਰਤਿਆ ਜਾਂਦਾ ਤੋ ਜਦੋਂ ਆਤਮ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਹਿੰਦੇ ਅਕਾਲ ਪੁਰਖ ਦੀ ਜੋਤ ਸਭ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਇਹ ਨਹੀਂ ਕਿ ਕੀੜੀ ਵਿੱਚ ਆਤਮਾ ਨਹੀਂ ਹੁੰਦੀ ਜੇ ਸਾਡੇ ਵਿੱਚ ਆਤਮਾ ਹੈ ਤਾਂ ਜਾਨਵਰਾਂ ਦੇ ਵਿੱਚ ਵੀ ਆਤਮਾ ਹੈ ਉਹ ਹਿੱਲਣ ਜੁਲਣ ਵਾਲੇ ਤੁਰਨ ਫਿਰਨ ਵਾਲੇ ਜਿਤਨੇ ਵੀ ਜੀਵ ਨੇ ਇੱਕ ਕੀੜੀ ਦੇ ਵਿੱਚ ਵੀ ਤੇ ਮਹਾਰਾਜ ਇੱਥੋਂ ਤੱਕ ਕਹਿੰਦੇ ਐ ਕਿ ਕਿਸੇ ਥਾਂ ਤੇ ਤੂੰ ਬੜਾ ਵੱਡਾ ਹੋ ਕੇ ਬੈਠਾ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਕੁੜੇ ਇਕੱਠਾ ਕਿਤੇ ਬਿਲਕੁਲ ਸੁੰਗੜ ਕੇ ਇਕੱਠਾ ਹੋ ਕੇ ਬੈਠਾ ਇਸ ਰੂਪ ਦੇ ਵਿੱਚ ਲੇਕਿਨ ਹੈ ਸਾਰਿਆਂ ਦੇ ਵਿੱਚ ਹੀ ਕੋਈ ਐਸਾ ਨਹੀਂ ਜਿਹਦੇ ਵਿੱਚ ਤੇਰਾ ਨਿਵਾਸ ਨਾ ਹੋਵੇ ਇੱਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ। ਇੱਕ ਕ੍ਰਿਸ਼ਨੰ ਸਰਬਦੇਵਾ। ਕਹਿੰਦੇ ਇੱਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ। ਇੱਕ ਕ੍ਰਿਸ਼ਨੰ ਸਰਬਦੇਵਾ। ਕਹਿੰਦੇ ਇੱਥੇ ਕ੍ਰਿਸ਼ਨੰ ਦਾ ਅਰਥ ਹੈ ਪਰਮੇਸ਼ਰ। ਕਹਿੰਦੇ ਇੱਕ ਪਰਮੇਸ਼ਰ ਪਰਮਾਤਮਾ ਹੀ ਸਰਬਦੇਵਾ ਸਭ ਦੇਵਾਂ ਦੀ ਆਤਮਾ ਹੈ ਫਿਰ ਨਾਲ ਕਹਿੰਦੇ ਦੇਵ ਦੇਵਾ ਤਾ ਆਤਮਾ ਦੇਵਤਿਆਂ ਦੇ ਦੇਵਤਿਆਂ ਦਾ ਵੀ ਆਤਮਾ ਹੈ ਕਿਉਂਕਿ ਉਹ ਮਾਲਕ ਦੇਵਾਨ ਦੇਵ ਹੈ ਦਸਨ ਪਾਛਾ ਮਹਾਰਾਜ ਕਹਿੰਦੇ ਦੇਵਾਨ ਦੇਵ ਜਿਹੜਾ ਦੇਵਤਿਆਂ ਦਾ ਵੀ ਦੇਵਤਾ ਹੈ ਜੀ ਦੇ ਨਾਲ ਵੱਡਾ ਹੋਰ ਕੋਈ ਨਹੀਂ ਕਿਉਂਕਿ ਸਭ ਸਾਜੇ ਤਾਂ ਉਹ ਨਹੀਂ ਨੇ ਆਪਾਂ ਸਵਈਆ ਪੜ੍ਹਦੇ ਹਾਂ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਅੱਗੇ ਕਹਿੰਦੇ ਬ੍ਰਹਮਾ ਬਿਸ਼ਨ ਸਿਰੇ ਤੈਂ ਅਗਣਤ ਤੂੰ ਹੀ ਸਾਰੇ ਸਿਰਜੇ ਨੇ ਤੂੰ ਹੀ ਬਣਾਏ ਨੇ ਤਿੰਨ ਕੋ ਮੋਹ ਭਇਆ ਮਨ ਮਦਕਾ ਫਿਰ ਅੱਗੇ ਕਹਿੰਦੇ ਚਵਰਾਸੀ ਲੱਖ ਜੂਨ ਉਪਾਈ ਚਵਰਾਸੀ ਲੱਖ ਜੂਨ ਪੈਦਾ ਕੀਤੀ ਤੁਸੀਂ ਸਭ ਕੋ ਕਹਿੰਦੇ ਰਿਜਕ ਦਿਆ ਚਵਰਾਸੀ ਲੱਖ ਜੂਨ ਉਪਾਈ ਰਿਜਕ ਦਿਆ ਸਭ ਹੂ ਕੋ ਤਦਕਾ ਸੇਵਕੈ ਭਰਪੂਰ ਜੁਗ-ਜੁਗ ਵਾ ਗੁਰੂ ਤੇਰਾ ਸਭ ਸਦਕਾ ਸਭ ਤੇਰੀ ਪੈਦਾ ਕੀਤੇ ਹੋਏ ਨੇ ਫਿਰ ਨਾਲ ਕਹਿੰਦੇ ਆਤਮਾ ਬਾਸੋ ਦਿਵਸਯਾ ਆਤਮਾ ਬਾਸੋ ਦਿਵਸਯਾ ਜੇ ਕੋ ਜਾਣੈ ਭਿਓ ਕਹਿੰਦੇ ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਤ ਜਾਣ ਲੈਂਦਾ ਹੈ ਆਤਮਾ ਬਾਸੋ ਦਿਵਸਯਾ ਵਾਸੂ ਦੇ ਵਸਿਆ ਦਾ ਅਰਥ ਵੀ ਪ੍ਰਮਾਤਮਾ ਹੈ ਪਰਮੇਸ਼ਰ ਕਹਿੰਦੇ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਆਤਮਾ ਵਾਸੂ ਦੇ ਵਸਿਆ ਜੇ ਕੋ ਜਾਣੇ ਭਿਓ ਕਹਿੰਦੇ ਜੇ ਉਸ ਭੇਤ ਨੂੰ ਕੋਈ ਜਾਣ ਲੈਂਦਾ ਹੈ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਣ ਦੇਵ ਮਹਾਰਾਜ ਕਹਿੰਦੇ ਮੈਂ ਉਸ ਦਾ ਦਾਸ ਹਾਂ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਜਿਹੜਾ ਇਸ ਚੀਜ਼ ਨੂੰ ਸਮਝ ਲੈਂਦਾ ਜਿਹੜਾ ਇਸ ਚੀਜ਼ ਨੂੰ ਜਾਣ ਲੈਂਦਾ ਹੈ ਕਿੰਦੇ ਉਤੇ ਪਰਮੇਸ਼ਰ ਦਾ ਸਰੂਪ ਹੋ ਗਿਆ। ਉਤੇ ਅਕਾਲ ਪੁਰਖ ਦਾ ਰੂਪ ਹੋ ਗਿਆ, ਨਿਰੰਕਾਰ ਦਾ ਸਰੂਪ ਹੋ ਗਿਆ ਜਿਨੇ ਆਕਾਰ ਦੇ ਪਿੱਛੇ ਨਿਰੰਕਾਰ ਨੂੰ ਵੇਖ ਲਿਆ। ਕਿਉਂਕਿ ਇੱਕ ਆਕਾਰ ਹੈ ਸਾਡੇ ਸਾਹਮਣੇ। ਆਕਾਰ ਵੱਖਰੇ ਵੱਖਰੇ ਨੇ। ਮਨੁੱਖਾਂ ਵਿੱਚ ਹੀ ਵੇਖੋ ਤਾਂ ਸਰੀਰਾਂ ਕਰਕੇ ਬੰਦੇ ਵੱਖਰੇ ਵੱਖਰੇ ਨਜ਼ਰ ਆਉਂਦੇ ਆ ਤੁਹਾਨੂੰ। ਕੋਈ ਬੰਦਾ ਬੜਾ ਲੰਬਾ ਹੈ ਸਰੀਰ ਕਰਕੇ। ਕੋਈ ਸਰੀਰ ਕਰਕੇ ਮਧਰਾ ਹੈ। 6 6 6.5 7 7 ਫੁੱਟ 7.5 7 ਫੁੱਟ ਤੱਕ ਆਪਾਂ ਵੇਖਦੇ ਹਾਂ ਸਰੀਰ ਹੁੰਦੇ ਨੇ ਲੰਬਾਈ ਵਿੱਚ ਔਰ ਜਦੋਂ ਬਿਲਕੁਲ ਛੋਟੇ ਦੀ ਬਾਤ ਆਉਂਦੀ ਹੈ ਤਾਂ ਉੱਥੇ ਵਿਚਾਰੇ 3 3 4 4 ਫੁੱਟ ਦੇ ਵੀ ਸਰੀਰ ਹੁੰਦੇ ਨੇ ਹੈ ਤੇ ਉਹ ਵੀ ਪਰਮੇਸ਼ਰ ਦੇ ਬਣਾਏ ਨੇ ਲਿਕਣਾਕਾਰ ਵਿੱਚ ਵੇਖੋਗੇ ਤੇ ਬਹੁਤ ਛੋਟੇ ਵੀ ਨੇ ਬਹੁਤ ਵੱਡੇ ਵੀ ਨੇ ਰੰਗ ਵਿੱਚ ਵੇਖੋਗੇ ਤਾਂ ਕਿਸੇ ਦਾ ਰੰਗ ਬਹੁਤ ਬਿਲਕੁਲ ਹੁਣ ਤੁਸੀਂ ਜਦੋਂ ਇਹ ਕੁਝ ਦੇਸ਼ਾਂ ਨੂੰ ਦੇਖਦੇ ਹੋ ਕੁਝ ਥਾਵਾਂ ਤੇ ਇੰਡੀਆ ਦੇ ਵਿੱਚ ਹੀ ਕਿੰਨੇ ਰੰਗ ਹੈ ਫਿਰ ਵੱਖ-ਵੱਖ ਦੇਸ਼ਾਂ ਵਿੱਚ ਕਿੰਨੇ ਰੰਗਾਂ ਦੇ ਲੋਕ ਹੈ ਕੁ ਰੰਗ ਦਾ ਬਹੁਤ ਕਾਲਾ ਹੈ ਕੋਈ ਬਹੁਤ ਜ਼ਿਆਦਾ ਗੋਰਾ ਹੈ ਕੋਈ ਵਿਚਲੇ ਮਿਲਦੇ ਨੇ ਕਣਕਵੰਨੇ ਆਪਾਂ ਕਹਿ ਦਿੰਨੇ ਪੰਜਾਬੀ ਚ ਤਾਂ ਉਹਦੇ ਨਾਲ ਨਾਲ ਉਹਨਾਂ ਦੇ ਅੰਗਾਂ ਦਾ ਵੀ ਫਰਕ ਹੈ ਕਿਸੇ ਦੀਆਂ ਅੱਖਾਂ ਵੱਡੀਆਂ ਕਿਸੇ ਦੀਆਂ ਛੋਟੀਆਂ ਕਿਸੇ ਦਾ ਨੱਕ ਫੀਨਾ ਕਿਸੇ ਦਾ ਤਿੱਖਾ ਕਿਸੇ ਦੀ ਤੌਣ ਲੰਬੀ ਕਿਸੇ ਦੀ ਬਿਲਕੁਲ ਛੋਟੀ ਇਹ ਜਿੰਨੇ ਵੀ ਆਕਾਰ ਜਦੋਂ ਤੁਸੀਂ ਇੱਕ ਮਨੁੱਖਾਂ ਦੇ ਵਿੱਚ ਕੱਲਾ ਤਾਂ ਕਿੰਨੇ ਤਰ੍ਹਾਂ ਦੇ ਆਕਾਰ ਨੇ ਇਹ ਤਾਂ ਵੱਖਰੇ ਵੱਖਰੇ ਨੇ ਆਕਾਰਾਂ ਤੇ ਜਿੰਨਾ ਚਿਰ ਸਰੀਰਾਂ ਤੇ ਜੋ ਸਾਹਮਣੇ ਦਿਸਦੇ ਨੇ ਉਹਨਾਂ ਤੇ ਨਜ਼ਰ ਰਹੇਗੀ ਤਾਂ ਇਹ ਵੱਖਰੇ ਵੱਖਰੇ ਨੇ ਲੇਕਿਨ ਇਹਨਾਂ ਦੇ ਵਿੱਚ ਜਿਹੜੀ ਜੋਤ ਹੈ ਉਹ ਇਹ ਨਹੀਂ ਹੈ ਕਿ ਜਿਹੜਾ 6-7 ਫੁੱਟ ਦਾ ਹੈ ਉਹਦੇ ਵਿੱਚ ਵੱਖਰੀ ਜੋਤ ਹੈ ਤੇ ਜਿਹੜਾ 3-4 ਫੁੱਟ ਦਾ ਉਹਦੇ ਵਿੱਚ ਵੱਖਰੀ ਹੈ ਨਹੀਂ ਮਹਾਰਾਜ ਨੇ ਤਾਂ ਹੀ ਆਖਿਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਨਹੀਂ ਹੈ ਕਿ ਜਿਹੜਾ ਘੋਰਾ ਹੈ ਉਹਦੇ ਵਿੱਚ ਜੋਤ ਵੱਖਰੀ ਹੈ ਜਿਹੜਾ ਕਾਲਾ ਹੈ ਉਹਦੇ ਵਿੱਚ ਜੋਤ ਵੱਖਰੀ ਹੈ ਅਸਾ ਨਹੀਂ ਹੈ ਵੱਖਰਾ ਵੱਖਰਾ ਨਹੀਂ ਹੈ ਇੱਕ ਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਦਾਤਾ ਜੀ ਕਹਿੰਦੇ ਐ ਦੇਵਤਿਆਂ ਦੇ ਦੇਵਤ ਕਹਿੰਦੇ ਜਦੋਂ ਇਹ ਜੋਤ ਨੂੰ ਬੰਦਾ ਇਹਨੂੰ ਨਿਰੰਕਾਰ ਜਦੋਂ ਨਿਰੰਕਾਰ ਵੱਲ ਧਿਆਨ ਚਲਾ ਜਾਂਦਾ ਨਾ ਫਿਰ ਮਨੁੱਖੇ ਵਖਰੇਵੇਂ ਕਰਨੇ ਛੱਡ ਦਿੰਦਾ ਫਿਰ ਦਸਮ ਪਾਤਸ਼ਾਹ ਮਹਾਰਾਜ ਜਦੋਂ ਇਹ ਬਚਨ ਕਹਿੰਦੇ ਆ ਨਾ Hindu Turk Ko Rafzi Imam Safi Manas ki jaat sabai ekai pehchano ਉਹ ਸਭ ਜਾਤਾਂ ਪਾਤਾਂ ਵਿੱਚੋਂ ਬਾਹਰ ਨਿਕਲ ਕੇ ਕੇਵਲ ਇੱਕ ਜਾਤ ਜਾਣਦਾ ਉਹ ਹੈ ਪਰਮੇਸ਼ਰ ਦੀ ਯਕਵਾਕਾਰਾਂ ਤੋਂ ਅੱਗੇ ਨਿਕਲ ਚੁੱਕਾ ਉਹ ਨਿਰੰਕਾਰ ਦੇ ਨਾਲ ਜੁੜ ਗਿਆ ਪਰਮੇਸ਼ਰ ਨਾਲ ਜੁੜ ਗਿਆ ਪ੍ਰਮਾਤਮਾ ਨਾਲ ਜੁੜ ਗਿਆ ਉਹ ਨਿਰੰਕਾਰ ਸਰੂਪ ਹੋ ਗਿਆ ਆਕਾਲ ਪੁਰਖ ਰੂਪ ਹੋ ਗਿਆ ਮਹਾਰਾਜ ਕਹਿੰਦੇ ਆਤਮਾ ਬਾਸੋ ਦਿਵਸਯ ਜੇ ਕੋ ਜਾਣੈ ਭਿਓ ਕਹਿੰਦੇ ਉਹ ਆਤਮਾ ਦੇ ਭੇਤ ਨੂੰ ਜਾਣ ਲੈਂਦਾ ਹੈ ਨਾਨਕ ਤਾਕਾ ਦਾਸ ਹੈ ਸੋਈ ਨਿਰੰਝਣ ਦੇਉ ਕਹਿੰਦੇ ਨਾਨਕ ਉਸ ਮਨੁੱਖ ਦਾ ਦਾਸ ਹੈ ਉਹ ਪ੍ਰਮਾਤਮਾ ਦਾ ਰੂਪ ਹੈ ਪਰਮੇਸ਼ਰ ਦਾ ਸਰੂਪ ਹੈ ਅਕਾਲ ਪੁਰਖ ਦਾ ਰੂਪ ਹੈ ਨਾਨਕ ਤਾਕਾ ਦਾਸ ਹੈ ਸੋਈ ਨਰੰજન ਦੇਉ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਿਹੜਾ ਇਸ ਜੋਤ ਰੂਪ ਵਿੱਚ ਜਾਣ ਲੈਂਦਾ ਜਿਹਦੀ ਨਜ਼ਰ ਆਕਾਰ ਤੋਂ ਅੱਗੇ ਲੰਘ ਗਈ ਔਰ ਜਿਹੜਾ ਆਕਾਰ ਤੋਂ ਅੱਗੇ ਚਲਾ ਜਾਂਦਾ ਨਾ ਉਹ ਫਿਰ ਵਿਤਕਰੇ ਨਹੀਂ ਕਰਦਾ ਉਹਨੂੰ ਸਭ ਪਾਸੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨਜ਼ਰ ਆਉਂਦਾ ਹੈ ਸਭ ਕੋ ਇੱਕ ਅਨੇਕ ਵਿਆਪਕ ਪੂਰਕ ਜਦ ਦੇਖੋ ਤਦ ਸੋਈ ਮਾਇਆ ਚਿੱਤਰ ਵਿਚਤਰ ਵਿਮੋਤ ਬਿਰਲਾ ਬੂਝੈ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਭਿੰਨ ਨਹੀਂ ਕੋਈ ਉਹਦੇ ਤੋਂ ਬਿਨਾ ਕੋਈ ਦੂਜਾ ਨਹੀਂ ਦਿਸਦਾ ਉਹ ਨਿਰੰਕਾਰ ਦਾ ਸਰੂਪ ਜੀਵਨ ਹੋ ਨਿਭੜਦਾ ਗੁਰੂ ਕਿਰਪਾ ਕਰੇ ਅਸੀਂ ਵੀ ਆਕਾਰਾਂ ਤੋਂ ਅੱਗੇ ਚੱਲ ਕੇ ਨਿਰੰਕਾਰ ਨੂੰ ਤੱਕੀਏ ਔਰ ਜਿੱਦਣ ਵੀ ਤੱਕਾਂਗੇ ਇਹ ਵਿਤਕਰੇ ਇਹ ਵਖਰੇਵੇਂ ਇਹ ਝਗੜੇ ਇਹ ਨਫ਼ਰਤਾਂ ਇਹ ਈਰਖਾ ਵੈਰ ਵਰੂਪ ਸਭ ਖਤਮ ਹੋ ਜਾਏਗਾ ਮਾਲਕ ਮੇਰ ਕਰੇ ਸਾਡੀ ਵੀ ਨਜ਼ਰ ਐਸੀ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ